ਵਰਕਰਸ ਪਾਰਟੀ ਨੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਰੈਲੀ ਕੱਢੀ। ਉਹ ਰੈਲੀ ਸਮਾਣੇ ਤੋਂ ਮੁੜੀ, ਉਧਰੋਂ ਪਿੰਡਾਂ 'ਚੋਂ ਆਈ, ਤੁਹਾਡੇ ਧਰਨੇ ਦੇ ਨੇੜੇ ਦੀ ਬਿਲਕੁਲ ਨਹੀਂ ਲੰਘੀ, ਕੋਈ ਕਿਸਾਨਾਂ ਨਾਲ ਗੱਲਬਾਤ ਨਹੀਂ ਹੋਈ। ਜਿਵੇਂ ਇੱਥੋਂ ਬਾਦਲ ਦੇ ਘਰ ਵਾਲੀ ਲੰਘੀ ਹੈ ਸਿਮਰੋ, ਉਹਦੇ ਛੇਤਰ ਮਾਰੇ ਨੇ ਲੋਕਾਂ ਨੇ, ਉਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵੀ ਰਾਹੁਲ ਗਾਂਧੀ ਦੇ ਵੀ ਛੇਤਰ ਮਾਰਨਗੇ ਲੋਕ। ਦਿੱਲੀ ਮੋਦੀ ਰਹਿੰਦਾ, ਮੋਦੀ ਦੇ ਬਾਰ 'ਚ ਬਹਿੰਦਾ ਇਹ ਬੰਦੇ ਲੈ ਕੇ, ਇਹਦੇ ਕੋਲ ਦਿੱਲੀ ਬੰਦੇ ਨਹੀਂ। ਇੱਥੋਂ ਟੱਟੂ ਟਾਪ ਲਵਾਈਆ ਔਰ ਲਵਾਵਾਂਗੇ, ਮੁੱਦੇ ਮੂੰਹ ਸੱਟਾਂਗੇ, ਅਸੀਂ ਗੋਡਣੀਆਂ ਭਰ ਕਰਾਂਗੇ ਸੈਂਟਰ ਸਰਕਾਰ ਨੂੰ। ਸਮਾਰਨਗੇ ਤਾਂ ਸਾਡੇ ਲੋਕ, ਇਹਨਾਂ ਨੂੰ ਸਿੱਧੇ ਕਰ ਦਿਆਂਗੇ। ਜਿਵੇਂ ਆਪਾਂ ਕਹਿ ਦਈਏ ਵੀ ਇੱਕ ਚੰਗਾ ਟੀਚਰ ਨਹੀਂ ਹੁੰਦਾ, ਉਹ ਬੱਚਿਆਂ ਨੂੰ ਇੱਕ ਲਾਈਨ 'ਚ ਲਾ ਕੇ ਚੰਗੀ ਪੜ੍ਹਾਈ ਪੜ੍ਹਾਉਂਦਾ, ਇੰਨੇ ਸਿਆਣੇ ਕਰ ਦਾਂਗੇ ਲੀਡਰਾਂ ਨੂੰ। ਭਾਜਪਾ ਦੇ ਲੀਡਰਾਂ ਦੀ ਐਸੀ ਹਾਲਤ ਬਣਾਉਣ ਜਾ ਰਹੇ ਹਾਂ ਅਸੀਂ ਪੰਜਾਬ 'ਚ, ਬਿਲਡਾਂ ਵਿੱਚ ਦੀ ਦੇਖਣ ਲਾ ਦਿਆਂਗੇ ਰਾਤ ਨੂੰ ਬਿਲਡਾਂ ਵਿੱਚ ਦੀ, ਵੀ ਕਿਤੇ ਭਾਰਤੀ ਕਿਸਾਨ ਯੂਨੀਅਨ ਵਾਲੇ ਤਾਂ ਨਹੀਂ ਖੜ੍ਹੇ। ਬਿਨਾਂ ਕੱਪੜਿਆਂ ਤੋਂ ਭੇਜਾਂਗੇ, ਬਿਨਾਂ ਕੱਪੜਿਆਂ ਤੋਂ ਐਂ ਹੋਇਆ ਪਿਆ। ਰਾਤ ਨੂੰ ਲੰਘਦੇ ਨੇ ਹੁਣ ਇਹ, ਦਿਨੇ ਨਹੀਂ ਲੰਘਦੇ, ਹੂਟਰ ਨਹੀਂ ਮਾਰਦੇ, ਹੂਟਰ ਬੰਦ ਕਰਾਤੇ, ਜਹਾਜ਼ਾਂ 'ਚੋਂ ਕੱਢ ਕੇ ਟਰੈਕਟਰਾਂ ਦੇ ਮਗਰਾਟਾਂ 'ਤੇ ਬਿਠਾਤੇ, ਜਹਾਜ਼ਾਂ 'ਚੋਂ ਕੱਢ ਕੇ ਲਗਜ਼ਰੀ ਕਾਰਾਂ 'ਚੋਂ ਕੱਢ ਕੇ ਟੈਂਪੂਆਂ ਦੀਆਂ ਉੱਪਰ ਛੱਪਰੀਆਂ 'ਚ ਬਿਠਾਤੇ। ਆਹ ਲੋਕਾਂ ਦੀ ਤਾਕਤ ਹੈ, ਹਜੇ ਤਾਂ ਅਸੀਂ ਇਹ ਰਾਹ ਪਾਏ ਨੇ, ਹਜੇ ਲੋਕਾਂ ਦਾ ਦੇਖਿਆ ਕੀ ਹੈ ਇਹਨਾਂ ਨੇ। ਇਹ ਐਂ ਸੋਚਿਆ ਕਰਨਗੇ ਆਪਦੀ ਪਾਰਕ 'ਚ ਫਿਰਦੇ ਫਿਰਦੇ ਵੀ ਕਿਤੇ ਲੋਕ ਤਾਂ ਨਹੀਂ ਆ ਗਏ, ਕਿਤੇ ਕੋਠੀ ਮੂਹਰੇ ਬੰਦੇ ਤਾਂ ਨਹੀਂ ਬੈਠੇ। ਉਦਕਣ ਲਾ ਦਿਆਂਗੇ, ਉਦਕਣ ਰਾਤ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਅਮਨਦੀਪ ਸਿੰਘ ਮਾਝਾ। ਅੱਜ ਅਸੀਂ ਖੜ੍ਹੇ ਹਾਂ ਚੰਡੀਗੜ੍ਹ ਬਠਿੰਡਾ ਰੋਡ 'ਤੇ, ਚੰਡੀਗੜ੍ਹ ਬਠਿੰਡਾ ਰੋਡ 'ਤੇ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਪਿੰਡ ਕਾਲਾ ਝਾੜ ਵਿਖੇ ਪੱਕਾ ਧਰਨਾ ਜਾਰੀ ਆ। 1 ਅਕਤੂਬਰ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪੱਕਾ ਧਰਨਾ ਲਗਾਇਆ। ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ, ਸਟੇਜ ਲੱਗੀ ਪਈ ਆ, ਸਟੇਜ ਲੱਗੀ ਪਈ ਆ, ਵੱਡੀ ਸਟੇਜ, ਵੱਡਾ ਇਕੱਠ, ਵੱਡਾ ਇਕੱਠ ਕਿਸਾਨ ਯੂਨੀਅਨ ਆਗੂਆਂ ਦਾ। ਸੋ ਤੁਹਾਨੂੰ ਦੱਸ ਦਈਏ ਕਿ ਛੇਵਾਂ ਦਿਨ ਹੋ ਗਿਆ, ਅੱਜ 6ਵੇਂ ਦਿਨ 'ਚ ਜਾਰੀ ਹੋ ਗਿਆ ਇਹ ਧਰਨਾ। ਟੋਲ ਪਲਾਜ਼ਾ ਬਿਲਕੁਲ ਫਰੀ ਕਰਵਾਇਆ ਹੋਇਆ, ਟੋਲ ਪਲਾਜ਼ਾ 'ਤੇ ਬਿਨਾਂ ਪੈਸੇ ਦੇ ਕੇ ਲੋਕ ਜਾ ਰਹੇ ਨੇ, ਆਪਣੇ ਵਹੀਕਲ ਲੈ ਕੇ ਜਾ ਰਹੇ ਨੇ। ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮੌਜੂਦ ਨੇ 6ਵੇਂ ਦਿਨ 'ਚ ਧਰਨਾ ਜਾਰੀ ਹੋ ਗਿਆ। ਸੋ ਪੁੱਛਦਿਆਂ ਕਰਦਿਆਂ ਗੱਲਬਾਤ, ਕਿਉਂਕਿ ਵੱਡੀਆਂ ਰਾਜਨੀਤਿਕ ਪਾਰਟੀਆਂ, ਕਾਂਗਰਸ ਵੱਲੋਂ ਕੱਲ੍ਹ ਰੋਸ ਰੈਲੀ ਕੀਤੀ ਗਈ ਸੀ, ਇੱਕ ਟਰੈਕਟਰ ਮਾਰਚ ਕੱਢਿਆ ਗਿਆ ਸੀ ਜੋ ਮੋਗਾ ਤੋਂ ਸੰਗਰੂਰ ਤੋਂ ਭਵਾਨੀਗੜ੍ਹ, ਭਵਾਨੀਗੜ੍ਹ ਤੋਂ ਸਮਾਣਾ ਹੋ ਕੇ ਆਇਆ। ਸੋ ਕਰਦਿਆਂ ਸਾਡੇ ਨਾਲ ਮਨਜੀਤ ਸਿੰਘ ਘਰਾਚੋਂ ਮੌਜੂਦ ਨੇ। ਮਨਜੀਤ ਜੀ, ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਰੈਲੀ ਕੱਢੀ, ਉਹ ਰੈਲੀ ਸਮਾਣੇ ਤੋਂ ਮੁੜੀ, ਉਧਰੋਂ ਪਿੰਡਾਂ 'ਚੋਂ ਆਈ, ਤੁਹਾਡੇ ਧਰਨੇ ਦੇ ਨੇੜੇ ਦੀ ਬਿਲਕੁਲ ਨਹੀਂ ਲੰਘੀ, ਕੋਈ ਕਿਸਾਨਾਂ ਨਾਲ ਗੱਲਬਾਤ ਨਹੀਂ ਹੋਈ, ਕਿਵੇਂ ਕਹੋਗੇ ਉਹ ਰੈਲੀ ਬਾਰੇ, ਕੀ ਕਹੋਗੇ ਉਹਦੇ ਬਾਰੇ? ਰੈਲੀਆਂ ਬਾਰੇ ਤਾਂ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਲੋਕ ਜਾਣੂ ਨੇ, ਰਾਜਨੀਤਿਕ ਸਟੰਟ ਕਰਦੇ ਫਿਰਦੇ ਨੇ, ਰਾਜਨੀਤਿਕ ਜਗ੍ਹਾ ਤਲਾਸਦੇ ਫਿਰਦੇ ਨੇ। ਜੇ ਕਿਸਾਨਾਂ ਦੇ ਹਮਦਰਦੀ ਹੁੰਦੇ, ਕਿਸਾਨਾਂ ਦੇ ਹਮਦਰਦੀਆਂ ਨੂੰ ਕਦੇ ਵੀ ਲੈਣਾ ਨਹੀਂ ਬਦਲਣੀਆਂ ਪੈਂਦੀਆਂ, ਕਿਸਾਨਾਂ ਦੇ ਵਿਰੋਧ ਨੂੰ ਦੇਖ ਕੇ। ਜਿਵੇਂ ਇੱਥੋਂ ਬਾਦਲ ਦੇ ਘਰ ਵਾਲੀ ਲੰਘੀ ਹੈ ਸਿਮਰੋ, ਉਹਦੇ ਛੇਤਰ ਮਾਰੇ ਨੇ ਲੋਕਾਂ ਨੇ, ਉਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵੀ ਰਾਹੁਲ ਗਾਂਧੀ ਦੇ ਵੀ ਛੇਤਰ ਮਾਰਨਗੇ ਲੋਕ। ਕਿਉਂ? ਸਾਡੇ ਲਈ ਰਾਜਨੀਤਿਕ ਜਮਾਤਾਂ ਸਾਰੀਆਂ ਘਾਤਕ ਨੇ ਅਤੇ ਸਾਰੀਆਂ ਮਾੜੀਆਂ ਨੇ, ਜੁੱਤੀਆਂ ਤੋਂ ਡਰਦੇ ਇਹਨਾਂ ਨੇ ਰੂਟ ਬਦਲਿਆ ਹੈ। ਜਿਹੜਾ ਰਾਹੁਲ ਗਾਂਧੀ ਅੱਜ ਪੰਜਾਬ ਦੇ ਵਿੱਚ ਤੁਰਿਆ ਫਿਰਦਾ, ਇਹਨੂੰ ਪੰਜਾਬ ਸੈਂਟਰ ਦੀ ਸਰਕਾਰ ਨੇ, ਦਿੱਲੀ ਦੀ ਸਰਕਾਰ ਨੇ ਇਹ ਕਾਨੂੰਨ ਬਣਾਤੇ ਬਿੱਲਾਂ ਤੋਂ। ਜਦੋਂ ਕਾਨੂੰਨ ਬਿੱਲਾਂ ਤੋਂ ਬਣ ਗਏ ਫਿਰ ਇਹ ਪੰਜਾਬ 'ਚ ਫਿਰਦਾ, ਇਹਦਾ ਮਤਲਬ ਕੀ ਹੈ? ਇਹ ਦਿੱਲੀ ਕਿਉਂ ਨਾ ਬੈਠਿਆ ਉਹਦੇ ਬਾਰ 'ਚ? ਦਿੱਲੀ ਮੋਦੀ ਰਹਿੰਦਾ, ਮੋਦੀ ਦੇ ਬਾਰ 'ਚ ਬਹਿੰਦਾ ਇਹ ਬੰਦੇ ਲੈ ਕੇ, ਇਹਦੇ ਕੋਲ ਦਿੱਲੀ ਬੰਦੇ ਨਹੀਂ। ਇਹ ਬਹੁਤ ਰਾਜਨੀਤਿਕ ਖੇਡ ਜਿਹੜੇ ਸਾਡੇ ਨਾਲ 73 ਸਾਲ ਤੋਂ ਖੇਡ ਰਹੇ ਹੈ, ਇਹ ਪਰਿਵਾਰ ਰਲ ਮਿਲ ਕੇ, ਪਹਿਲਾਂ ਗਾਂਧੀ ਪਰਿਵਾਰ ਨੇ ਵੱਡੇ ਪੱਧਰ 'ਤੇ ਦੇਸ਼ ਨੂੰ ਲੁੱਟਿਆ, ਹੁਣ ਦੇਸ਼ ਉਦੋਂ ਵੀ ਜ਼ਿਆਦਾ ਜ਼ਾਲਮ ਬੰਦਿਆਂ ਦੇ ਧੱਕੇ ਚੜ ਗਿਆ ਜਿਹੜੇ ਨਰਿੰਦਰ ਮੋਦੀ ਹੋਰੀ ਨੇ, ਇਹ ਜਾਣੀ ਕਿ ਦੇਸ਼ ਨੂੰ ਬਰਬਾਦ ਕਰਨ ਵਾਸਤੇ ਤੁਲੇ ਹੋਏ ਨੇ। ਜਿਹੜੇ 3 ਕਾਨੂੰਨ ਨੇ ਇਹ ਬਹੁਤ ਵੱਡਾ ਸਾਡਾ ਬਰਬਾਦੀ ਦਾ ਕਾਰਨ ਨੇ, ਕਦੇ ਵੀ ਪੰਜਾਬ ਦੇ ਵਿੱਚ ਇਹ ਮਨਜ਼ੂਰ ਨਹੀਂ ਹੋਣਗੇ। ਇਤਿਹਾਸ ਗਵਾਹ ਹੈ, ਪੰਜਾਬ ਨੇ ਕਦੇ ਵੀ ਐਸੇ ਹਾਕਮਾਂ ਦਾ, ਐਸੇ ਰਾਜਿਆਂ ਦਾ ਮੂੰਹ ਤੋੜਵਾਂ ਜਵਾਬ ਨਹੀਂ ਦਿੱਤਾ। ਇਕੱਲਾ ਇੱਥੋਂ ਟੱਟੂ ਟਾਪ ਲਵਾਈਆ ਔਰ ਲਵਾਵਾਂਗੇ, ਮੁੱਦੇ ਮੂੰਹ ਸੱਟਾਂਗੇ, ਇਹ ਕਾਨੂੰਨ ਨੇ ਜਿਹੜੇ ਥੈਲਿਆਂ 'ਚ ਬੰਦ ਕਰਵਾਵਾਂਗੇ ਬੰਦ। ਜਿਹੜੇ ਪਰਿਵਾਰ, ਸਾਰੇ ਪਰਿਵਾਰ ਇੱਕ ਕੰਮ ਨੂੰ ਜੁੜ ਜਾਣ, ਉਹ ਬੰਦਾ ਕਦੇ ਵੀ ਲੜਾਈ ਨਹੀਂ ਹਾਰਦਾ ਹੁੰਦਾ। ਅੱਜ ਸਾਡੇ ਸਾਰਿਆਂ ਦੇ ਸਾਰੇ ਪਰਿਵਾਰ
आ मोर्चे च बैठे ने छोटे तो लैके बड़े तक, बजुर्ग तो लैके मुंडे तक, माई तो लैके नूँह तक, असी किहड़े हिसाब नाल जंग हार जांगे उह जवाब देवांगे सेंटर सरकार नूं, जिहड़ा सेंटर सरकार ने कदे सोचिया भी नहीं। असीं गोडणियां भर करांगे सेंटर सरकार नूं। कांग्रेस पार्टी ने खेती बचाओ रैली का नाम रखे अपनी, खेती बचाओ रैली की कहोगे? उन्होंने कहा कि असीं किसानां दी खेती नूं बचा के हटांगे। असल इह जिहड़ा दरख्त अज वड्डा बन गया ना, इह जिहड़ा बी है इहनूं कांग्रेस ने दबिया सीगा, पी वी सी नरसिम राओ वाले, ये खलड़ा तैयार हो गया। ये लोगों का भुलेखा भी साड़ी, कुछ धड़े कहें भी कांग्रेस साड़ी राखी करूगी, कुछ धड़ा कहें भी भाजपा राखी करूगी, कुछ धड़ा कहें अकाली दल, तो उदू अगला धड़ा कहें भी साड़ी जिहड़ी आम आदमी पार्टी है वह साडा भला करूगी। एक भी बयान तुसीं मैनू जे उस आम आदमी पार्टी के मुख्यमंत्री जिहड़ा दिल्ली च बैठे है एक भी किसानों के हक च दिखा दो, मैं देणदार होऊंगा तुहाडा। राजनीतिक पार्टियां ने नहीं समारना, समारनगे तां साडे लोक, इन्हां नूं सिद्धे कर देंगे। जिवें आपां कह दईए भी एक चंगा टीचर नहीं हुंदा, ओह बच्चों एक लैन चला के चंगी पढ़ाई पढ़ाता है, इन्ने सियाने कर देंगे लीडरां नूं। भाजपा के लीडर की ऐसी हालत बनाउण जा रहे हैं असीं पंजाब च, बिल्डां विच दी देखण ला देंगे रात नूं, बिल्डां विच दी भी कितने भारतीय किसान यूनियन ले तां नहीं खड़े, बिना कपड़िया तो भेजांगे, बिना कपड़िया तो इह जिहे हालात पैदा होणगे जदों इन्हां दा इन्हां दी की ताकत है। इत्थे बड़े हाकम आए ने, कदे सोचिया नहीं थी जिंदगी दे विच लोकां ने भी अंग्रेजां दा राज इंग्लैंड दियां दा इत्थों वग जूगा, इन्ने कथों च बैठे ने अज किधर नूं भेजे आ लोकां ने। लोकां दी ताकत अगे हाकम बहुत छोटे हुंदे आ, हाकम मैं देखिया लोकां दी ताकत अगे पुलियां च लुकदे, गजाफी दे मगर लोक पए है उह इक पुली च लुकिया जाके बाहर कढ के लोगों ने मौत दे घाट उतारता है। वो लोग ने इन तो इन्हों की भावना इन्हों की मत्थे की गर्मी अखा की लाली देख लेनी चाहिए सेंटर सरकार नूं, इत्थे दे राजनीतिक लोगों ऐ होया पिया रात नूं लंघते ने, हुण ये दिने नहीं लंघते, हूटर नहीं मारते, हूटर बंद कराते, जहाज़ों चो कढ के ट्रैक्टरां दे मगराटां ते बिठाते, जहाज़ों चो कढ के लग्जरी कारां चो कढ के टैंपूआं दीआं उपर छपरिया च बिठाते, आ लोगों की ताकत है। हजे तो असं ये राह पाए ने, हजे लोगों का देखिया की है इन्होंने, हजे तो लोग घर चो निकलने शुरू होए ने। ऐसा माहौल बनूगा पंजाब के अंदर, ये ऐ सोचा करनगे अपनी पार्क च फिरते फिरते भी कितने लोग तो नहीं आ गए, कितने कोठी मूहरे बंदे तो नहीं बैठे, उदकण ला देंगे उदकण रात को। सोशल मीडिया मीडिया से एक वायरल हो रही है पोस्ट, वो पोस्ट से लिखा हुआ कि 100-100 रुपया तुम गड्डियां का टोलों पर दिने हो, लोगों को अपील की हुई है कि किसान यूनियन 20-30 रुपये दे के जाओ, 50 रुपये दे के जाओ, वो यूनियन ने वायरल की आ जब वैसे हुई आदा की स्पष्टीकरण की आ? उस मद्देनज़र रखते हैं असी, अज असी तिने मोड़ा तो फ्लैक्सा लवाइया ने, असी उहदे उत्ते लिखिया भारतीय किसान यूनियन एकता ग्राहां वल्लों अपील की है भी जिहड़ा टूल का बहाना लैके सरकार कोई ना कोई बहाना बना के अखबारां च कल नूं इह ना दे दे भी इहदा सिर्फ टूल प्लाजे दे पैसे इकट्ठे करन का वास्ते बैठे थे। असी लोगों की हमदर्दी नूं समझदे हां, साडे कोले किसे चीज़ का घाटा नहीं, गरे साडे कोले लोगों ने मतलब राशन दे सब कुछ साडे कोले आम है, पर असी अपील की है गड्डियां मोटर वाले नूं लिख के लाया भी सानूं कोई फंड ना दिओ, सरकार थोड़ी जथेबंदी ते ऐसी कोई गाद ना डेग सके, ऐसा कोई माहौल ना तैयार कर सके भी इन्होंने तो बहुत पैसे इकट्ठे कर ले, इस करके असी लिख के लाया। इस मीडिया राही भी असी अपील करते हैं हरेक गड्डी मोटर वाला बंदा सानू कोई भी किसी भी साडे बंदे नूं ना लंगर च ना उरे कोई भी परची ना दे के जाए, भरावो आपां फूक फूक पैर रखने ने, सरकारां इहनूं होर पासे लै जांदियां ने, पैसा तो कोई टामा बंदा दे के जांदा है, इन्हां ने कलैक्शन दे मुताबिक चलना है, कोई दोष ला देना, इहदे करके असीं भारतीय किसान यूनियन एकता ग्राहां वल्लों सोच के फ्लैक्सां बना के लिख के लाता। इह पोस्ट वायरल किवें होई मंजीत जी? इहदा पोस्ट वायरल पता नहीं किने कीती है, इहदे मगर इहदा सानूं नहीं पता, कोई भी कर सकदा है, इहदा नहीं कोई आपां नूं पता। जिहड़ी असीं बोल के पोस्ट इक जारी कीती उदू बाद उहदे उत्ते जगतार सिंह कालाझाड़ भी थोड़ा दसणगे, उहदे उत्ते असीं बकायदा बोल के पाया भी भरावो सब नूं बेनती है गड्डी मोटर वाले नूं, असीं थोड़ी भावना समझदे साडे नाल हो तुसीं, पर सानूं पैसे देण दी उरे किसे भी बंदे नूं कोशिश ना कीती। सो इह सन किसान यूनियन आगू मनजीत सिंह घराचों जिन्हां ने कहा कि वायरल होई सी इक पोस्ट जो सोशल मीडिया ते देखण नूं मिलदी आ कि किसानां नूं 20-30 रुपये 50 दित्ते जाण जो गड्डियां दे 100 रुपया बचाउंदे ने, सो उहनां ने निखेधी कीती आ कि इह पोस्ट किसे ने नहीं पाई, किसे यूनियन वाले नहीं पाई, इह सानूं नहीं पता भी किहने वायरल करी आ।